ਚੱਲੇ ਆ ਟਰਾਲੀ ਲਾ ਤੇ ਨਥਨ ਚੱਲੀ ਆ ਨਹੀਂ ਉਹ ਤਾਂ ਫਿਰ 2 ਨੰਬਰ ਚ ਹੁੰਦੀ ਹੋਈ ਸਾਰੀ ਹਾਂਜੀ ਭਾਈ ਤੇ ਬਜਰੀ ਬਜਰੀ ਭਾਈ 3500 ਰੁਪਏ ਤੇਰੇ ਤੇ ਸਾਰੇ ਟਰੱਕ ਤੇ ਨਹੀਂ ਹੁੰਦੇ ਕੋਈ ਟਰੱਕ ਨਹੀਂ ਹੁੰਦਾ ਵੀਰ ਜੀ ਤੇ ਉਹ ਖਲੋਤੀ ਆ 70000 ਰੁਪਇਆ ਮੰਗਦਾ ਹੈ ਚਿੱਟੀ ਦੇ ਤੂੰ ਜੋ ਕਹੀਦਾ ਵਾ ਕਿ ਕਿੱਥੋਂ ਆਈ ਆ ਲਿਆਓ ਕਾਗਜ਼ ਪੱਤਰ ਦਿਖਾਓ ਐ ਨਹੀਂ ਹੈਗੇ ਮੈਂ ਲੋਣੀ ਫਿਰ ਆਂਦਾ ਲਾਹਨੇ ਆ ਮੈਂ ਕਿ ਆਪੇ ਇਨਸਪੈਕਟਰ ਬਣ ਜਾਈਦਾ ਆਪੇ ਭਾਈ ਬਣ ਜਾਈਦਾ ਹੋਰ ਤੇ ਕਿੰਨੀ ਹੁੰਦੀ ਫਿਰ ਉਹ ਤੇ ਮਾਂ 200 ਦੇ 90 ਵਰ ਮਾਂ ਹੁੰਦਾ ਹੈ ਅੱਛਾ ਆਹ ਤਾਂ ਮਾਰ ਲੋ ਜਿੰਨਾ ਮਾਲ ਉਹ ਨੇ ਪੈਸੇ ਦੇ ਜੋ ਤੇ ਕਿੰਨਾ ਹੁੰਦਾ ਤੁਹਾਡੇ ਵਾਲਾ ਜਿੰਨਾ ਹੋ ਜਾ ਸਾਡਾ ਵੀ ਪਤਾ ਜਦਾਂ ਮੱਤੀ ਮਿਲਦਾ ਅੱਛਾ ਟਰਾਲੀ ਕਿੰਨੇ ਦੀ ਬਣੂਗੀ ਇਹ ਬਣ ਜਾਣੀ 22600 ਸਰਕਾਰਾਂ ਆਈਆਂ ਇੰਨੀਆਂ ਸਰਕਾਰਾਂ ਗਈਆਂ ਲੇਕਿਨ ਅੱਜ ਤੱਕ ਇਹ ਰੇਟ ਕਦੀ ਨਹੀਂ ਹੋਇਆ ਰੇਤਾ ਦਾ ਜੋ ਰੇਟ ਅੱਜ ਹੋ ਗਿਆ ਵਾ ਅੱਜ ਹੁਣ ਜਿਹੜੀ ਬਰੀਕ ਰੇਤਾ 7000 ਨੂੰ ਸੈਂਕੜਾ ਵਿਕਣ ਡਈ ਆ ਤੇ ਜਿਹੜੀ ਮੋਟੀ ਆ ਉਹ 6000 ਨੂੰ ਦਰਿਆਵਾਂ ਦੀ ਧਰਤੀ ਹੋਣ ਦੇ ਬਾਵਜੂਦ ਵੀ ਇੱਕ ਪੰਜਾਬ ਤੇ ਸਾਨੂੰ ਪੰਜਾਬ ਦੇ ਵਿੱਚ ਰੇਤਾ ਨਹੀਂ ਮਿਲ ਰਹੀ ਜੋ ਕਿ ਜੰਮੂ ਤੋਂ ਹਿਮਾਚਲ ਤੋਂ ਰੇਤਾ ਬਾਹਰਲੇ ਸੂਬਿਆਂ ਦੇ ਵਿੱਚੋਂ ਆ ਕੇ ਤੇ ਲੋਕ ਇੱਥੇ ਵੇਚਣ ਡਏ ਨੇ ਇਹ ਵੇਲੇ 60 ਤੋਂ 65000 ਦਾ ਟਿੱਪਰ ਵਿਕਣ ਡਿਆ ਤੇ ਸਾਡੀ ਸਰਕਾਰ ਦੇ ਇਹੋ ਜਿਹੇ ਹਾਲਾਤ ਹੋ ਗਏ ਆ ਇਹਨਾਂ ਦੀ ਸਰਕਾਰ ਬਣ ਤੋਂ ਬਾਅਦ ਇਹਨਾਂ ਦੀ ਸਰਕਾਰ ਬਣ ਤੋਂ ਪਹਿਲਾਂ ਚੰਨੀ ਸਰਕਾਰ ਦੀ ਜਦੋਂ ਸੀ ਉਦੋਂ 1500 ਰੁਪਇਆ ਸੈਂਕੜਾ ਹੀ ਰੇਤਾ ਵੇਚ ਰਹੀ 2 ਨੰਬਰ 'ਚ ਮਾਲ ਆ ਰਿਹਾ ਸਾਰਾ ਚੋਰੀ ਛਿਪੇ ਗੱਡੀਆਂ ਵਾਲੇ ਕਾਰਾਂ ਅੱਗੇ ਲਾ ਕੇ ਤੇ ਫਿਰ ਮਾਲ ਲਿਆਉਂਦੇ ਆ ਤੇ ਖਰਚੇ ਪੈ ਰਹੇ ਆ ਤੇ ਉਸ ਹਿਸਾਬ ਨਾਲ ਉਹ ਆਪਣੇ ਖਰਚੇ ਨਾਲ ਅੱਗੇ ਲਾ ਰਿਹਾ ਤੇ ਅੱਗੇ ਜਿਹੜੇ ਸਾਨੂੰ ਟਰਾਲੀਆਂ 'ਤੇ ਖਰਚੇ ਪੈ ਰਹੇ ਅਸੀਂ ਉਸ ਹਿਸਾਬ ਨਾਲ ਅੱਗੇ ਵੇਚ ਰਹੇ ਸਾਰਾ ਮਾਲ ਕਾਰਾਂ ਅੱਗੇ ਲਾ ਕੇ ਕਿੱਦਾਂ ਮਤਲਬ ਕਿ ਲਿਆ ਰਹੇ ਜਿਵੇਂ 2 ਨੰਬਰ ਦੀ ਗੱਡੀ ਰੇਤਾ ਪਿੰਡਾਂ ਰਾਹੀਂ ਗੱਡੀਆਂ ਲਿਆਉਣੀਆਂ ਪੈਂਦੀਆਂ ਨਾ ਪੰਜਾਬ ਸਰਕਾਰ ਨੇ ਇਹ ਵੀ ਬੰਦ ਕੀਤਾ ਹੈ ਵੀ ਜੰਮੂ ਦੀ ਰੇਤ ਅਸੀਂ ਪੰਜਾਬ 'ਚ ਨਹੀਂ ਲਿਆ ਸਕਦੇ ਅਤੇ ਜੇ ਪੰਜਾਬ 'ਚ ਲਿਆਉਂਦੇ ਹਾਂ ਤਾਂ 700 ਰੁਪਇਆ ਪ੍ਰਤੀ ਸੈਂਕੜਾ ਨੂੰ ਪਰਚੀ ਕਟਾਉਣੀ ਪਏਗੀ ਸਤਿ ਸ਼੍ਰੀ ਅਕਾਲ ਰੋਜ਼ਾਨਾ ਸਪੋਕਸਮੈਨ ਦੇਖ ਰਹੇ ਹੋ ਤੁਸੀਂ ਤਾਂ ਮੈਂ ਤੁਹਾਡਾ ਦੋਸਤ ਹੈ ਸਰਵਨ ਸਿੰਘ ਰੰਧਾਵਾ ਪਿੱਛੇ 8-10 ਸਾਲਾਂ ਦੀ ਗੱਲ ਕੀਤੀ ਜਾਵੇ ਤਾਂ ਰੇਤ ਦੇ ਜਿਹੜੇ ਭਾਅ ਨੇ ਸੋਨੇ ਦੇ ਬਰਾਬਰ ਪਹੁੰਚ ਚੁੱਕੇ ਨੇ ਅਸਮਾਨੀ ਚੜ੍ਹ ਚੁੱਕੇ ਨੇ ਲੋਕ ਜਿਹੜੇ ਨੇ ਆਪਣੇ ਮਕਾਨ ਬਣਾਉਣ ਤੋਂ ਵੀ ਜਿਹੜੇ ਨੇ ਮੁਹਤਾਜ ਹੁੰਦੇ ਜਾ ਰਹੇ ਨੇ ਭਾਵੇਂ ਸਰਕਾਰਾਂ ਕਾਂਗਰਸ ਸਰਕਾਰ ਉਸ ਵੱਲੋਂ ਵੀ ਇਹ ਦਾਅਵਾ ਕੀਤਾ ਗਿਆ ਕਿ ਨਜਾਇਜ਼ ਰੇਤ ਦੀ ਜਿਹੜੀ ਮਾਈਨਿੰਗ ਉਹ ਬੰਦ ਕੀਤੀ ਜਾਵੇਗੀ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਤੇ ਲਗਾਤਾਰ ਨਜਾਇਜ਼ ਮਾਈਨਿੰਗ ਨੂੰ ਬੰਦ ਕਰਨ ਦੇ ਦਾਅਵੇ ਕਰਦੀ ਰਹੀ ਪਰ ਹਾਲਾਤ ਇਹ ਨੇ ਕਿ ਇਸ ਵਕਤ ਹਾਲਾਤ ਜਿਉਂ ਦੇ ਤਿਉਂ ਬਣੇ ਹੋਏ ਆ ਲਗਾਤਾਰ ਰੇਤ ਦੀ ਜਿਹੜੀ ਆ ਉਹ ਕਾਲਾ ਬਾਜ਼ਾਰੀ ਜਿਹੜੀ ਵੱਧਦੀ ਜਾ ਰਹੀ ਹੈ ਰੇਤ ਦੇ ਭਾਅ ਜਿਹੜੇ ਨੇ ਇਸ ਵਕਤ 5500 ਤੋਂ ਲੈ ਕੇ 7000 ਰੁਪਏ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਵਿਕ ਰਹੇ ਨੇ ਜਿਵੇਂ ਕਿ ਜੇ ਵੇਖਿਆ ਜਾਵੇ ਤਾਂ ਅੱਜ ਤੋਂ 12-13 ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਰੇਤ ਦਾ ਭਾਅ 700 ਤੋਂ 800 ਰੁਪਏ ਪ੍ਰਤੀ ਸੈਂਕੜਾ ਜਿਹੜਾ ਹੁੰਦਾ ਸੀ ਜਿਹੜਾ ਅੱਜ 6000 ਤੋਂ ਲੈ ਕੇ 8000 ਰੁਪਏ ਪ੍ਰਤੀ ਸੈਂਕੜਾ ਹੋ ਚੁੱਕਿਆ ਜਿਵੇਂ ਕਿ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵਕਤ ਪਹੁੰਚੇ ਹਾਂ ਇੱਥੇ ਰੇਤ ਦੀ ਛੋਟੀ ਜਿਹੀ ਮੰਡੀ ਲੱਗਦੀ ਜਿੱਥੇ ਵੱਡੀ ਗਿਣਤੀ ਟਰਾਲੀਆਂ ਜਿਹੜੀਆਂ ਨੇ ਰੇਤ ਦੀਆਂ ਆਉਂਦੀਆਂ ਨੇ ਲੋਕ ਜਿਹੜੇ ਨੇ ਇੱਥੋਂ ਖਰੀਦ ਕੇ ਲੈ ਕੇ ਜਾਂਦੇ ਨੇ ਪਰ ਇਸ ਵਕਤ ਰੇਤ ਦੇ ਭਾਅ ਜਿਹੜੇ ਨੇ ਉਹ ਵੱਧ ਹੋਣ ਕਾਰਨ ਲੋਕਾਂ ਦੀ ਪਹੁੰਚ ਤੋਂ ਹੌਲੀ ਹੌਲੀ ਰੇਤ ਜਿਹੜੀ ਆ ਉਹ ਦੂਰ ਹੁੰਦੀ ਜਾ ਰਹੀ ਗੱਲਬਾਤ ਕਰਾਂਗੇ ਜਿਹੜੇ ਇੱਥੇ ਕੁਝ ਟਰਾਲੀਆਂ ਦੇ ਮਾਲਕ ਮੌਜੂਦ ਨੇ ਉਹਨਾਂ ਦੇ ਨਾਲ ਹਾਂਜੀ ਕੀ ਨਾਮ ਹੈ ਜੀ ਮੈਂ ਪਲਵਿੰਦਰ ਸਿੰਘ ਪੰਜਾਬ ਟਰੱਕ ਏਕਤਾ ਪ੍ਰਧਾਨ ਅੰਮ੍ਰਿਤਸਰ ਜੋ ਕਿ ਰੇਤ ਦੇ ਭਾਅ ਆ ਅਸਮਾਨ ਤੇ ਚੜ ਗਏ ਇੰਨੀਆਂ ਸਰਕਾਰਾਂ ਆਈਆਂ ਇੰਨੀਆਂ ਸਰਕਾਰਾਂ ਗਈਆਂ ਲੇਕਿਨ ਅੱਜ ਤੱਕ ਇਹ ਰੇਟ ਕਦੀ ਨਹੀਂ ਹੋਇਆ ਰੇਤਾ ਦਾ ਜੋ ਰੇਟ ਅੱਜ ਹੋ ਗਿਆ ਵਾ ਅੱਜ ਹੁਣ ਜਿਹੜੀ ਬਰੀਕ ਰੇਤਾ 7000 ਨੂੰ ਸੈਂਕੜਾ ਵਿਕਣ ਡਈ ਆ ਤੇ ਜਿਹੜੀ ਮੋਟੀ ਆ ਉਹ 6000 ਨੂੰ ਕਿਉਂਕਿ ਪੰਜਾਂ ਦਰਿਆਵਾਂ ਦੀ ਧਰਤੀ ਹੋਣ ਦੇ ਬਾਵਜੂਦ ਵੀ ਇੱਕ ਪੰਜਾਬ ਤੇ ਸਾਨੂੰ ਪੰਜਾਬ ਦੇ ਵਿੱਚ ਰੇਤਾ ਨਹੀਂ ਮਿਲ ਰਹੀ ਜੋ ਕਿ ਜੰਮੂ ਤੋਂ ਹਿਮਾਚਲ ਤੋਂ ਰੇਤਾ ਬਾਹਰਲੇ ਸੂਬਿਆਂ ਦੇ ਵਿੱਚੋਂ ਆ ਕੇ ਤੇ ਲੋਕ ਇੱਥੇ ਵੇਚਣ ਡਏ ਨੇ ਇਹ ਵੇਲੇ 60 ਤੋਂ 65000 ਦਾ ਟਿੱਪਰ ਵਿਕਣ ਡਿਆ ਤੇ ਸਾਡੀ ਸਰਕਾਰ ਦੇ ਇਹੋ ਜਿਹੇ ਹਾਲਾਤ ਹੋ ਗਏ ਆ ਅਗਰ ਬਾਹਰੋਂ ਰੇਤਾ ਆਉਂਦੀ ਵੀ ਆ ਤੇ 700 ਰੁਪਇਆ ਪ੍ਰਤੀ ਸੈਂਕੜੇ ਦੇ ਹਿਸਾਬ ਨਾਲ ਪੰਜਾਬ ਸਰਕਾਰ ਜਿਹੜੀ ਉਹ ਲੈਣ ਲਈ ਆ ਇਹ ਕਰਕੇ ਸਰਕਾਰ ਨੂੰ ਸੋਚਣਾ ਚਾਹੀਦਾ ਵੀ ਜਿਹੜੇ ਮਜ਼ਦੂਰ ਆ ਆਮ ਜਨਤਾ ਵਾ ਇਹ ਬਿਲਕੁਲ ਵਿਹਲੀ ਬਹਿ ਗਈ ਆ ਮਜ਼ਦੂਰਾਂ ਦੀ ਦਿਹਾੜੀ ਵੀ ਨਹੀਂ ਲੱਗਦੀ ਮਿਸਤਰੀਆਂ ਦੀ ਇਹ ਹਾਲਾਤ ਹੋ ਚੁੱਕੇ ਆ ਹੌਲੇ ਰੇਤਾਂ ਦੀਆਂ ਟਰਾਲੀਆਂ ਵੇਖ ਰਹੇ ਹਾਂ ਕਿਸ ਤਰ੍ਹਾਂ ਰੇਤ ਲੈ ਕੇ ਆਉਂਦੇ ਹੋ ਜਦਕਿ ਨਜਾਇਜ਼ ਜਿਹੜੀ ਮਾਈਨਿੰਗ ਉਹ ਬੰਦ ਕਰ ਦਿੱਤੀ ਜਾ ਚੁੱਕੀ ਆ ਫਿਰ ਤੁਹਾਡੇ ਤੱਕ ਰੇਤ ਜਿਹੜੀ ਆ ਕਿਵੇਂ ਪਹੁੰਚਦੀ ਹੈ ਸਾਡੇ ਤੱਕ ਰੇਤਾ ਜੀ ਜੰਮੂ ਵਾਲੀਆਂ ਗੱਡੀਆਂ ਆਉਂਦੀਆਂ ਜਿਹੜੀਆਂ ਪੰਜਾਬ ਦੇ ਉੱਥੋਂ ਪਰਚੀ ਕਟਾ ਕੇ ਉਹ ਪੰਜਾਬ ਦੀ ਪਰਚੀ ਫੇਰ ਕਟਾਉਂਦੇ ਆ ਡਬਲ ਪਰਚੀ ਕਟਾ ਕੇ ਲਿਆਉਂਦੇ ਆ ਅਤੇ ਉਹ ਰੇਤਾ ਅਸੀਂ ਇੱਥੇ ਵੇਚਣ ਡਏ ਹਾਂ ਇਹ ਹਾਲਾਤ ਹੈ ਹਲੇ ਉਹ ਕਿਸ ਭਾਅ ਰੇਤ ਜਿਹੜੀ ਤੁਹਾਨੂੰ ਦਿੰਦੇ ਨੇ ਜਿਹੜੇ ਬਾਹਰੋਂ ਜੰਮੂ ਤੋਂ ਟਿੱਪਰੋਂ ਸਾਨੂੰ 6000 ਨੂੰ ਇਸ ਵੇਲੇ ਇੱਥੇ ਪੈਣ ਲਈ ਆ 6000 6500 ਨੂੰ ਅਸੀਂ 7000 ਨੂੰ ਵੇਚਣ ਡਏ ਹਾਂ ਕਿਉਂਕਿ ਇਸ ਵੇਲੇ 65000 ਦਾ 70000 ਦਾ ਟਿੱਪਰ ਆਉਂਦਾ ਵਾ ਉਹਦੇ ਅਸੀਂ ਫਿਰ ਉਹਦੇ ਵਿੱਚ ਜਿਹੜੀ ਗਾਂ ਟਰਾਲੀਆਂ ਦੇ ਪਾ ਪਾ ਕੇ ਵੇਚਣ ਡਏ ਹਾਂ 200-300 ਰੁਪਇਆ ਟਰਾਲੀ ਦਾ ਮਾਰਜਨ ਸਾਨੂੰ ਆਉਂਦਾ ਟਰਾਲੀ 'ਚੋਂ ਸਰਕਾਰ ਕਹਿੰਦੀ ਹੈ ਕਿ ਨਜਾਇਜ਼ ਮਾਈਨਿੰਗ ਬੰਦ ਕਰ ਦਿੱਤੀ ਗਈ ਆ ਬੰਦ ਹੈ ਨਜਾਇਜ਼ ਮਾਈਨਿੰਗ ਇਸ ਵਕਤ ਜਾਂ ਹੋ ਰਹੀ ਆ ਤੁਹਾਡੇ ਲਈ ਇਸ ਵੇਲੇ ਤਾਂ ਬੰਦ ਨਹੀਂ ਹੋ ਰਹੀ ਤੇਜ਼ੀ ਨਾਲ ਹੋ ਰਹੀ ਆ ਜਿਹੜੇ ਹਾਲਾਤ ਆ ਕਿਉਂਕਿ ਜੇ ਨਜਾਇਜ਼ ਮਾਈਨਿੰਗ ਬੰਦ ਹੋ ਜੇ ਤੇ ਰੇਤਾ ਜਿਹੜੀ ਆ ਐਡੋਮੈਂਟ ਖੁੱਲ੍ਹ ਜੇ ਸਰਕਾਰ ਦਾ ਇਹੋ ਹੀ ਮੁੱਦਾ ਹੁੰਦਾ ਵੀ ਇਹਨੂੰ ਬੰਦ ਕਰਕੇ
तो जोड़ा रेट आ हाई लेवल हो जाए तो महंगे रेट से बेचिए। जिन्या भी सरकार आई सारे रेता ही खाधी अज तक, जी भी सरकार आती रही रेता पी रही है, ये हालात आ। देखा जाए तो सरकार दावा कर दी कि जो हम नजायज़ माइनिंग खत्म हो गई है, जो तो दरियावान जाते हो उतों जी रेत तुम सस्ती पैंती, फिर वो लोग रेत कितने लैके जाते आखिर, जे तो नहीं देंगे बाहरों आई रेत लै रहे हो तो नजायज़ माइनिंग जी हो रही है वो किधर रेत जा रही सारी? दरियावान तो बिल्कुल माइनिंग बंद आ, दरिया किसी तो रेता नहीं आने, रेता बहरले सूबे तो आने ही आ, जो पठानकोट दो नंबर क्रैशर चलते रात बराते और रेता आँदी है, होर नहीं कोई भी आ रही है। हमले उन्होंने क्रैशर तो भी तुम रेता खरीदते हो जो पठानकोट तो चल के जो पहुँचते हैं इतों तक, वो भी रेत तुम देंगे ने? पठानकोट तो हम आ ही नहीं रही, सिर्फ जम्मू तो आ रही है, जम्मू हिमाचल तो आ रही है, पठानकोट वाली बिल्कुल बंद आ। जे पठानकोट तो रेत आ जाए बजरी आ जाए तो फिर रेट आटोमैटिक इतने घट जाता, क्योंकि बहरले सूबे का आंदा करके खर्चा ज़्यादा पैंता, इस करके जी रेता महंगी आ। बिल्कुल जी, गलबात की जिमें इन्हें दसिया कि जे रेत के भाव ने आसमानी चढ़े हुए हैं, जी नजायज माइनिंग आड़े दे चल रही है, पर इसके बावजूद भी बाहरी सूबे तो जी रेत आके खरीद के जी वेची जा रही है, और जी बरीक रेत आ तकरीबन जी 7000 रुपया सैकड़ा, तो मोटी रेत जी 6000 रुपया प्रति सैकड़ा बिक्री। की नाम वीरे? बूटा सिंह। बूटा सिंह जी कितने देर तो रेत का काम कर रहे हो? मैं करीब 18 साल तो। तो जे वे अज तो 10 साल पहला की गल करा, जदों इस तो पहला कांग्रेस सरकार, उस तो पहला अकाली सरकार से, की रेट सी तो प्रति सैकड़ा? तो साढ़े समझ अं तो 300 रुपया टाली सैकड़ा बेच दे रहे हैं, तो बाद कांग्रेस सरकार आई 700 रुपया सैकड़ा, तो बाद जाकर 2500 रुपया सैकड़ा बिक दी रहा, हद रेट बिकी 3500 रुपया तक जी। आ पहली बार हम वेख रहे हैं जो 6000-6500 रुपया 7000 सैकड़ा बिक रहे, जी 7000 रुपये में सैकड़ा रेत विक रही है, आम आदमी पार्टी की सरकार बन तो बाद विकनी शुरू हुई? हाँ जी, इन्हां दी सरकार बन तो बाद, इन्हां दी सरकार बन तो पहला चन्नी सरकार दी जो सी उदो 1500 रुपया सैकड़ा ही रेता बेच रहे। कारण की है? सरकार तो कहती है नवी सरकार बनी है कि नजायज माइनिंग बंद कर दी, जिहड़े मंत्री ने धालीवाल या होर जिहड़े कैबिनेट मंत्री ने लगातार बयान देंदे ने, भगवंत मान भी बयान देंदे ने कि नजायज माइनिंग बंद कर दी गई है, तो फिर रेता एड्डी महंगी होने का कारण की है? कारण यो बाहरले सूबे तो आ रही रेत जी, जे आप आडे इलाके खोलन जनाला साइड खोलन सानू रेत सस्ती मिले, पठानकोट चले सानू रेत फिर सस्ती मिले, हुण जम्मू तो हिमाचल तो रेत आ रही जी। उतों फिर रेत किमें तुम खरीद हो? टिप्पर आप इतने लैके आते हैं किस तरह? वो व्डे टिप्पर लिया कट्ठे जी, अं टिप्पर लाने व्डे उतो अं लैके अगे फिर बेचते हैं जी। हाँ जी वीर जी, की नाम जी? गुरजंट सिंह। गुरजंट जी, रेत जी है सोने के भाव विक रही एक तरह के नाल, लोगों के कारोबार ठप पे है, चाहे राज मिस्त्री ने चाहे मजदूर ने, वेले बह गए ने घर, की हालात ने? हालात बहुत बुरे है जी, काम रह नहीं गया, गड्डिया वाले किस्तों टुट रही, गड्डिया घरें खिलारी, उन्होंने सरकार ने नजायज़ माइनिंग नहीं बंद की, माइनिंग ही बंद कर दी है, पठानकोट वगैरह सब बंद किया, रात को 2 नंबर च माल आ रहा सारा, चोरी छिपे गड्डिया वाले कारा अगे लागे तो फिर माल लिया आ, तो खर्चे पै रहे तो उस हिसाब ना वो अपने खर्चे ना अगे ला रहे, अगे जो सानू ट्रालिया खर्चे पै रहे उस हिसाब ना अगे बेच रहे सारा माल। कारा अगे ला के कि मतलब कि लिया रहे, जिम्मे 2 नंबर की गड्डी तक पिंडा राही गड्डिया लिया पैदा ना, पंजाब सरकार ने यह भी बंद किया है भी जम्मू की रेत अं पंजाब नहीं लिया सकते, तो जे पंजाब लियाने तो 700 रुपया प्रति सैकड़ा परची कटानी पेगी, इस करके वारा नहीं खाता, तो सारे लोग मतलब जिन्हें गड्डिया अपन कार अगे ला गए पिंडा राही गड्डी घुमा के लिया अपनी जिम्मेवारी भी गड्डी फड़ी ना जाए, गड्डी फड़ी जाएगी किसी की परचा होएगा चलान होएगा वखरा, लगता नहीं कि काला बाजारी होर वध गई है? बिल्कुल जी वध गई है, वध गई, सरकार वधा रही है। बिल्कुल जी, तुसीं सुणिया कि किस कदर जिहड़ी है रेत की काला बाजारी लगातार वधदी जा रही है, और जे गल कीती जावे तां जद कांग्रेस की सरकार सत्ता दे विच सी तां उदों सरकार इन्हां दा कहना है कि 1500 रुपए जिहड़ी है रेत प्रति सैकड़ा वेची है, पर जे अजकल गल कीती जावे तां अज जिहड़ी रेत आ उह तकरीबन जिहड़ी बरीक रेत आ 7000 रुपए प्रति सैकड़ा, ते जिहड़ी मोटी रेत आ उह 6000 रुपया प्रति सैकड़ा विकरी, एक वड्डा घपला जिहड़ा उस रेत दे विच सामने आ रहा, जिवें कि इन्हां ने दस्सिया कि अपनियां गड्डियां जिहड़ियां निजी गड्डियां ने उह इन्हां ट्राली वालियां वल्लों जिहड़े आ टिप्परां दे अगे लगा के पिंडां दे विच दी 2 नंबर दे 2 नंबर दे नाल लियांदियां जांदियां ने, फिर उस तों बाद जिहड़े टिप्पर इत्थे पहुँचदे ने
70-70 हज़ार 80-80 हज़ार या लख-लख रुपए के टिप्पर की जी बोली होंगी है फिर ट्रालिया पा के जी रेत जी वेची जाती है और 7 हज़ार रुपये प्रति सैकड़ा तुम आप अंदाजा लगा लो कि एक व्यक्ति का मकान बना जोड़ा या कोई होर इमारत तैयार करनी कि औखी हो गई है क्योंकि जी इट है इट 6 हज़ार रुपये प्रति 1000 विक रही है और 6 हज़ार 1000 विक रही है जी रेत आ 7 हज़ार रुपये प्रति सैकड़ा विक रही है। एक तरह के वेख्या जाए तो जोड़ा सारा कारोबार डगमगा चुका और जो लोगों के मकान जोड़े ने ज्यों के तों पे ने मकान बंद पे ने जिमें ट्राली वाले का कहना कि इन्हों को इन्हों मशीनरी दिड़िया किश्तों ने वो भी नहीं तारियां जा रही हैं। इस करी सरकार को चाहिए कि वो इस वाल थोड़ा ध्यान देवे ता जो रेत जी लोगों को वाजब रेट पर मिल सके तो लोग अपने जोड़े सिर के आसरे ने सिर ढकली जोड़े आसरे बनाते हैं मकान बनाते हैं वो बना सकन। सरवन सिंह रंधावा स्पोक्समैन टीवी कैमरामैन साथी दीपक बजाज के अमृतसर साहब तो।